ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਵਾਰੀ ਮਹਾਂਪੁਰਸ਼ ਸੰਤ ਫਕੀਰ ਇੱਕ ਪਿੰਡ ਦੇ ਵਿੱਚ ਜਾ ਰਹੇ ਸੀ। ਅੱਗੋਂ ਇੱਕ ਰਾਜੇ ਦਾ ਮਹਿਲ ਆਉਂਦਾ ਸੀਗਾ। ਜਦੋਂ ਰਾਜੇ ਦੇ ਮਹਿਲ ਦੇ ਬਾਹਰ ਗਏ ਤਾਂ ਸੈਨਿਕਾਂ ਨੇ ਜਾ ਕੇ ਦੱਸਿਆ ਕਿ ਸੰਤ ਫਕੀਰ ਮਹਾਂਪੁਰਸ਼ ਆਏ ਹਨ ਅਤੇ ਰਾਜਨ ਉਹ ਤੈਨੂੰ ਮਿਲਣਾ ਚਾਹੁੰਦੇ ਹਨ। ਰਾਜਾ ਆਪਣੇ ਵਜ਼ੀਰ ਦੇ ਨਾਲ ਮਹਾਂਪੁਰਸ਼ਾਂ ਦੇ ਦਰਸ਼ਨ ਕਰਨ ਦੇ ਲਈ ਬਾਹਰ ਆ ਗਿਆ ਅਤੇ ਮਹਾਂਪੁਰਸ਼ਾਂ ਨੇ ਸਿਰਫ ਰਾਜੇ ਨੂੰ ਇੱਕੋ ਹੀ ਗੱਲ ਪੁੱਛੀ ਕਿ ਰਾਜਨ ਪਰਮਾਤਮਾ ਦਾ ਨਾਮ ਲੈਂਦਾ ਹੈ, ਉਹਦੀ ਬੰਦਗੀ ਕਰਦਾ ਹੈ, ਉਹਦਾ ਸ਼ੁਕਰਾਨਾ ਕਰਦਾ ਹੈ, ਉਸ ਦੀ ਉਸਤਤ ਕਰਦਾ ਹੈ ਜਿਹਨੇ ਤੈਨੂੰ ਸਭ ਕੁਝ ਦਿੱਤਾ। ਰਾਜਾ ਅੱਗੋਂ ਥੋੜ੍ਹਾ ਜਿਹਾ ਹੰਕਾਰ ਦੇ ਵਿੱਚ ਕਹਿ ਲਓ ਮਹਾਂਪੁਰਸ਼ਾਂ ਨੂੰ ਕਹਿੰਦਾ ਹੈ ਕਿ ਮੈਨੂੰ ਨਾਮ ਜਪਣ ਦੀ ਕੀ ਲੋੜ ਹੈ, ਕਿਉਂਕਿ ਮੇਰੇ ਕੋਲ ਤਾਂ ਸਾਰਾ ਕੁਛ ਹੀ ਹੈ, ਧਨ ਹੈ, ਦੌਲਤ ਹੈ, ਔਰਤ ਹੈ, ਸ਼ੌਹਰਤ ਹੈ, ਬੱਚੇ ਹਨ, ਸਾਰੇ ਮੇਰੇ ਤੋਂ ਡਰਦੇ ਹਨ, ਮੇਰਾ ਇੱਜ਼ਤ ਮਾਨ ਕਰਦੇ ਹਨ ਅਤੇ ਮੈਨੂੰ ਉਸ ਪਰਮਾਤਮਾ ਦਾ ਨਾਮ ਲੈਣ ਦੀ ਫਕੀਰ ਜੀ ਕੀ ਲੋੜ ਹੈ। ਮਹਾਂਪੁਰਸ਼ ਮੁਸਕਰਾ ਪਏ ਅਤੇ ਇੱਕ ਸੋਟੀ ਰਾਜੇ ਨੂੰ ਫੜਾ ਦਿੱਤੀ ਅਤੇ ਕਿਹਾ ਜਿਸ ਦਿਨ ਤੈਨੂੰ ਤੇਰੀ ਪਰਜਾ ਦੇ ਵਿੱਚ ਜਿੱਥੇ ਵੀ ਤੂੰ ਵਿਚਰਦਾ ਹੈ ਤੇਰੇ ਰਾਜ ਦਰਬਾਰ ਆਲੇ ਦੁਆਲੇ ਕੋਈ ਮੂਰਖ ਮਿਲਿਆ ਨਾ, ਵੱਡਾ ਮੂਰਖ, ਤਾਂ ਸੋਟੀ ਤੂੰ ਉਸ ਨੂੰ ਦੇ ਦੇਈਂ। ਰਾਜੇ ਨੂੰ ਗੱਲ ਸਮਝ ਵਿੱਚ ਨਾ ਆਈ ਅਤੇ ਫਕੀਰ ਉੱਥੋਂ ਚਲੇ ਗਏ ਅਤੇ ਰਾਜੇ ਦਾ ਵਜ਼ੀਰ ਰਾਜੇ ਨੂੰ ਕਹਿੰਦਾ ਹੈ ਕਿ ਰਾਜਨ ਤੁਸੀਂ ਇਸ ਤਰ੍ਹਾਂ ਕਰੋ, ਇਹ ਸੋਟੀ ਮੈਨੂੰ ਦੇ ਦਿਓ, ਇਹ ਕੰਮ ਮੈਨੂੰ ਦੇ ਦਿਓ, ਮੈਂ ਆਪੇ ਹੀ ਕੋਈ ਵੱਡਾ ਮੂਰਖ ਲੱਭ ਕੇ ਉਸਨੂੰ ਇਹ ਸੋਟੀ ਦੇ ਦੇਵਾਂਗਾ, ਤੁਸੀਂ ਇੰਨੀ ਚਿੰਤਾ ਦੇ ਵਿੱਚ ਕਿਉਂ ਹੋ। ਫਕੀਰ ਸੀ ਜੋ ਆਏ ਅਤੇ ਚਲੇ ਗਏ। ਇਹ ਕਹਿ ਕੇ ਰਾਜੇ ਨੇ ਉਹ ਸੋਟੀ ਆਪਣੇ ਵਜ਼ੀਰ ਨੂੰ ਦੇ ਦਿੱਤੀ। ਕਹਿੰਦੇ ਹਨ ਕਿ ਸਮਾਂ ਬੀਤਦਾ ਗਿਆ ਅਤੇ ਇਸ ਗੱਲ ਨੂੰ 23 ਸਾਲ ਹੋ ਗਏ ਸਨ, 23 ਈਅਰ। ਉਸ ਤੋਂ ਬਾਅਦ ਫਿਰ ਇੱਕ ਦਿਨ ਰਾਜੇ ਨੇ ਆਪਣੇ ਵਜ਼ੀਰ ਨੂੰ ਪੁੱਛਿਆ, ਕਿਉਂਕਿ ਸਮੇਂ ਦੇ ਹਿਸਾਬ ਦੇ ਨਾਲ ਉਹ ਦੋਨੇ ਉਮਰ ਦੇ ਵੀ ਹੋ ਗਏ ਸਨ, ਬੁੱਢੇ ਹੋ ਗਏ ਸਨ। ਰਾਜਾ ਆਪਣੇ ਵਜ਼ੀਰ ਨੂੰ ਕਹਿੰਦਾ ਹੈ ਕਿ ਜਿਹੜੀ ਤੈਨੂੰ ਸੋਟੀ ਦਿੱਤੀ ਸੀ ਉਹ ਕਿੱਥੇ ਹੈ? ਤਾਂ ਵਜ਼ੀਰ ਕਹਿੰਦਾ ਹੈ ਕਿ ਉਹ ਸੋਟੀ ਤਾਂ ਮਹਾਰਾਜ ਮੇਰੇ ਕੋਲ ਹੀ ਹੈ। ਰਾਜਾ ਹੈਰਾਨ ਹੋ ਗਿਆ ਵੀ ਤੈਨੂੰ 23 ਸਾਲ ਹੋ ਗਏ ਉਹ ਸੋਟੀ ਦਿੱਤੀ ਨੂੰ, ਕੀ ਗੱਲ ਤੂੰ ਸੋਟੀ ਉਹ ਕਿਸੇ ਨੂੰ ਦਿੱਤੀ ਨਹੀਂ? ਅਤੇ ਅੱਗੋਂ ਵਜ਼ੀਰ ਕਹਿੰਦਾ ਹੈ ਕਿ ਮਹਾਰਾਜ ਮੈਨੂੰ ਹੁਣ ਤੱਕ ਕੋਈ ਮੂਰਖ ਮਿਲਿਆ ਹੀ ਨਹੀਂ।
ਰਾਜਾ ਕਹਿੰਦਾ ਵੀ ਤੈਨੂੰ 23 ਸਾਲਾਂ ਦੇ ਵਿੱਚ ਕੋਈ ਮੂਰਖ ਹੀ ਨਹੀਂ ਮਿਲਿਆ। ਵਜ਼ੀਰ ਕਹਿੰਦਾ ਨਾ ਮਹਾਰਾਜ, ਮੈਨੂੰ ਤਾਂ ਕੋਈ ਮੂਰਖ ਮਿਲਿਆ ਹੀ ਨਹੀਂ। ਰਾਜਾ ਕਹਿੰਦਾ ਤੂੰ ਪਰਖ ਕਿਵੇਂ ਕਰਦਾ ਮੂਰਖ ਦੀ? ਅੱਗੋਂ ਵਜ਼ੀਰ ਕਹਿੰਦਾ ਕਿ ਮਹਾਰਾਜ, ਮੈਂ ਉਹਦੇ ਨਾਲ ਆ 4-5 ਗੱਲਾਂ ਨੇ, ਇਹ ਗੱਲਾਂ ਕਰਕੇ ਮੈਂ ਜੱਜ ਕਰ ਲੈਂਦਾ ਵੀ ਉਹ ਬੰਦਾ ਸਿਆਣਾ ਗਾ ਜਾਂ ਮੂਰਖ। ਰਾਜਾ ਕਹਿੰਦਾ ਐਂ ਕਰ, ਜਿਹੜੀਆਂ ਗੱਲਾਂ ਤੂੰ ਹਰ ਇੱਕ ਨਾਲ ਕਰਦਾ ਮੂਰਖ ਦੀ ਪਰਖ ਦੇ ਲਈ, ਚੱਲ ਆ ਤੂੰ ਮੈਨੂੰ ਦੱਸ ਉਹ ਗੱਲਾਂ ਕਿਹੜੀਆਂ ਨੇ। ਤਾਂ ਵਜ਼ੀਰ ਇਸ ਗੱਲ 'ਤੇ ਰਾਜੀ ਹੋ ਗਿਆ। ਅੱਗੋਂ ਵਜ਼ੀਰ ਰਾਜੇ ਨੂੰ ਕਹਿੰਦਾ ਕਿ ਰਾਜਨ, ਮਹਾਰਾਜ ਤੁਹਾਡੀ ਉਮਰ ਇੰਨੀ ਹੋ ਗਈ ਹੈ, ਹੁਣ ਤੁਸੀਂ ਆਉਣ ਵਾਲੇ ਸਮੇਂ ਦੇ ਵਿੱਚ ਆਪਣਾ ਫਿਊਚਰ ਕਿਸ ਤਰ੍ਹਾਂ ਦਾ ਦੇਖ ਰਹੇ ਹੋ, ਕਿਸ ਤਰ੍ਹਾਂ ਦਾ ਤੁਹਾਡਾ ਆਉਣ ਵਾਲੇ ਸਮੇਂ 'ਚ ਤੁਸੀਂ ਚਾਹੁੰਦੇ ਹੋ ਰਾਜ ਭਾਗ ਹੋਵੇ, ਕਿਸ ਤਰ੍ਹਾਂ ਦਾ ਤੁਸੀਂ ਸਮਾਂ ਆਪਣੇ ਦਿਮਾਗ ਦੇ ਵਿੱਚ ਸੋਚਿਆ ਹੋਇਆ ਹੈ? ਅੱਗੋਂ ਰਾਜਾ ਆਪਣੇ ਵਜ਼ੀਰ ਨੂੰ ਕਹਿੰਦਾ ਹੈ ਕਿ ਸਮੇਂ ਦਾ ਕੀ ਪਤਾ ਹੈ, ਅੱਜ ਦਾ ਕਿ ਕੱਲ੍ਹ ਦਾ? ਕਿਉਂਕਿ ਚਲੋ ਚਲੀ ਦਾ ਮੇਲਾ, ਇੱਥੇ ਸਭ ਦੀ ਕੋਚ ਤਿਆਰੀ ਹੈ, ਇਹ ਕਿਸੇ ਨੂੰ ਪਤਾ ਨਹੀਂ ਲੱਗਦਾ ਕੱਲ੍ਹ ਨੂੰ ਕਿਸ ਦੀ ਵਾਰੀ ਹੈ। ਰਾਜਾ ਕਹਿੰਦਾ ਵੀ ਇੱਕ ਘੜੀ ਦਾ ਨਹੀਂ ਪਤਾ, ਕੱਲ੍ਹ ਕਿਹਨੇ ਦੇਖੀ ਆ, ਵੀ 2 ਪਲ ਨੇ ਜਾਂ 2 ਦਿਨ ਨੇ, 2 ਮਹੀਨੇ ਨੇ ਜਾਂ 2 ਵਰਸ ਨੇ? ਤਾਂ ਦੂਸਰਾ ਸਵਾਲ ਵਜ਼ੀਰ ਰਾਜੇ ਤੋਂ ਪੁੱਛਦਾ ਕਿ ਰਾਜਾ, ਮਹਾਰਾਜ ਫਿਰ ਤੁਸੀਂ ਜੇ ਰਹਿਣਾ ਨਹੀਂ, ਤੁਸੀਂ ਕਹਿੰਦੇ ਹੋ ਵੀ ਸਮੇਂ ਦਾ ਕੋਈ ਨਹੀਂ ਪਤਾ ਵੀ ਮੌਤ ਕਦੋਂ ਆ ਜਾਵੇ, ਫਿਰ ਇਸ ਤਰ੍ਹਾਂ ਕਰਨਾ ਸੀ, ਆਪ ਜੀ ਨੇ ਜੋ ਧਨ ਦੌਲਤ ਸ਼ੌਹਰਤ ਹੈ ਉਹਦੀਆਂ ਪੰਡਾਂ ਬੰਨ ਲੈਣੀਆਂ ਸੀ, ਕਿਉਂਕਿ ਜੇ ਤੁਸੀਂ ਕੱਲ੍ਹ ਨੂੰ ਮਰ ਗਏ ਤਾਂ ਉਹ ਤਾਂ ਤੁਹਾਨੂੰ ਨਾਲ ਲੈ ਕੇ ਜਾਣੀਆਂ ਪੈਣੀਆਂ ਨੇ। ਅੱਗੋਂ ਰਾਜਾ ਕਹਿੰਦਾ ਵਜ਼ੀਰ ਤੂੰ ਮੂਰਖ, ਧਨ ਦੌਲਤ ਕਦੇ ਕਿਸੇ ਨਾਲ ਗਿਆ? ਸਾਰਾ ਕੁਛ ਇੱਥੇ ਹੀ ਰਹਿ ਜਾਣਾ, ਕੁਝ ਵੀ ਨਾਲ ਨਹੀਂ ਜਾਣਾ। ਕਹਿੰਦਾ ਵਜ਼ੀਰ ਇੱਕ ਪੈਸਾ ਵੀ ਮੇਰੇ ਨਾਲ ਨਹੀਂ ਜਾਣਾ, ਨਾ ਮੇਰੇ ਬਾਪ ਨਾਲ ਗਿਆ, ਨਾ ਮੇਰੇ ਦਾਦੇ ਨਾਲ, ਨਾ ਮੈਂ, ਧਨ ਦੌਲਤ ਇੱਥੇ ਹੀ ਰਹਿ ਜਾਣੀ ਹੈ। ਕਹਿੰਦਾ ਅੱਛਾ, ਤੀਸਰਾ ਸਵਾਲ ਸੀ ਮਹਾਰਾਜ ਵੀ ਤੁਸੀਂ ਜੇ ਚਲੇ ਹੀ ਜਾਣਾ ਫਿਰ ਨਾਲ ਆਪਣੀ ਧੀ ਪੁੱਤਰ ਕੋਈ ਰਾਣੀ ਨੂੰ ਪਟਰਾਣੀ ਨੂੰ ਨਾਲ ਤਾਂ ਫਿਰ ਕਿਸੇ ਨੂੰ ਲੈ ਕੇ ਜਾਓਗੇ ਨਾ? ਉਹ ਕਹਿੰਦਾ ਆ ਵਜ਼ੀਰ ਨਾਲ ਕੌਣ ਜਾਂਦਾ, ਉੱਥੇ ਤਾਂ ਇਕੱਲੇ ਨੂੰ ਲੇਖਾ ਦੇਣਾ ਪੈਂਦਾ, ਜੋ ਕਰਮ ਕੀਤੇ ਨੇ ਨਾ ਚੰਗੇ ਮਾੜਿਆਂ ਦੇ ਹਿਸਾਬ ਦਰਗਾਹ ਦੇ ਵਿੱਚ ਪਰਮਾਤਮਾ ਨੂੰ ਲੇਖਾ, ਤਾਂ ਉੱਥੇ ਮੈਨੂੰ ਇਕੱਲੇ ਨੂੰ ਦੇਣਾ ਪੈਣਾ, ਇਸ ਕਰਕੇ ਮੇਰੇ ਨਾਲ ਪਰਿਵਾਰਕ ਮੈਂਬਰ ਰਿਸ਼ਤੇਦਾਰ ਸਾਕ ਸੰਬੰਧੀ ਕੋਈ ਨਹੀਂ ਜਾਏਗਾ, ਜਾਣਾ ਮੈਨੇ ਇਕੱਲੇ ਨਹੀਂ ਹੈ। ਚੌਥਾ ਸਵਾਲ ਵਜ਼ੀਰ ਰਾਜ ਤੋਂ ਪੁੱਛਦਾ ਹੈ ਕਿ ਮਹਾਰਾਜ ਆਪ ਜੀ ਨੇ ਕਦੇ ਨਾਮ ਜਪਿਆ ਹੈ? ਤਾਂ ਰਾਜਾ ਕਹਿੰਦਾ ਵੀ ਮੈਂ ਕਦੇ ਨਾਮ ਨਹੀਂ ਜਪਿਆ। ਵਜ਼ੀਰ ਕਹਿੰਦਾ ਅੱਛਾ, ਕਹਿੰਦਾ ਮਹਾਰਾਜ ਮੇਰਾ ਇੱਕ ਸਵਾਲ ਹੋਰ ਸੀ ਅਖੀਰਲਾ,
ਮੈਨੂੰ ਇਹ ਦੱਸ ਦਿਓ ਵੀ ਨਾਲ ਕੀ ਜਾਣਾ। ਰਾਜਾ ਕਹਿੰਦਾ ਨਾਲ ਕੀ ਜਾਣਾ? ਪਰਮਾਤਮਾ ਦਾ ਨਾਮ ਤੇ ਸ਼ੁਭ ਕਰਮ, ਚੰਗੇ ਕਰਮ। ਇਹ ਸੁਣ ਕੇ ਵਜ਼ੀਰ ਹੱਸ ਕੇ ਕਹਿੰਦਾ ਮਹਾਰਾਜ, ਤੁਹਾਨੂੰ ਯਾਦ ਆ ਮਹਾਂਪੁਰਸ਼ਾਂ ਨੇ ਆਹ ਸੋਟੀ ਤੁਹਾਨੂੰ ਦਿੱਤੀ ਸੀ ਵੀ ਭਾਈ ਜਿੱਦਣ ਕੋਈ ਵੱਡਾ ਮੂਰਖ ਮਿਲ ਗਿਆ ਨਾ, ਆਹ ਸੋਟੀ ਉਹਨੂੰ ਦੇ ਦੀ। ਕਹਿੰਦਾ ਮਹਾਰਾਜ ਆਹ ਲਓ ਸੋਟੀ। ਕਹਿੰਦਾ ਤੁਹਾਡੇ ਤੋਂ ਵੱਡਾ ਮੂਰਖ ਤਾਂ ਮੈਂ ਅੱਜ ਤੱਕ ਦੁਨੀਆਂ 'ਚ ਨਹੀਂ ਦੇਖਿਆ। ਰਾਜਾ ਹੈਰਾਨ ਪਰੇਸ਼ਾਨ, ਕਹਿੰਦਾ ਮਹਾਰਾਜ ਤੁਹਾਨੂੰ ਸਾਰਾ ਪਤਾ ਵੀ ਨਾਲ ਵੀ ਕੁਛ ਨਹੀਂ ਜਾਣਾ ਤੇ ਰਹਿਣਾ ਵੀ ਇੱਥੇ ਆਪਾਂ ਨੇ ਨਹੀਂ, ਇੱਕ ਨਾ ਇੱਕ ਦਿਨ ਚਲੇ ਜਾਣਾ ਤੇ ਕਿਸੇ ਨੇ ਨਾਲ ਵੀ ਨਹੀਂ ਜਾਣਾ, ਤੇ ਪਰਮਾਤਮਾ ਦੇ ਨਾਮ ਨੇ ਜਦੋਂ ਨਾਲ ਜਾਣਾ, ਚੰਗੇ ਕਰਮਾਂ ਨੇ ਨਾਲ ਜਾਣਾ, ਫਿਰ ਉਹਦੀ ਉਸਤਤ ਕਿਉਂ ਨਹੀਂ ਕਰਦੇ? ਇਹ ਸੁਣ ਕੇ ਰਾਜੇ ਨੂੰ ਫਿਰ ਅਕਲ ਆ ਗਈ। ਸੋ ਇਹ ਸੋਟੀ ਸਾਡੇ ਕੋਲ ਵੀ ਹੈ, ਅਸੀਂ ਵੀ ਹਜੇ ਹੱਥ ਵਿੱਚ ਹੀ ਫੜੀ ਹੋਈ ਹੈ। ਸੋ ਪਰਮਾਤਮਾ ਸਾਨੂੰ ਵੀ ਸਮਰਥ ਬਖਸ਼ੇ, ਚੰਗੀ ਮਤ ਦੇਵੇ, ਸਾਨੂੰ ਵੀ ਕਿਤੇ ਸਮਝ ਆ ਜਾਵੇ ਵੀ ਅਸੀਂ ਵੀ ਇੱਥੇ ਇੱਕ ਮਹਿਮਾਨ ਦੇ ਤੌਰ 'ਤੇ ਆਏ ਹਾਂ ਅਤੇ ਇੱਕ ਦਿਨ ਚਲੇ ਜਾਣਾ ਹੈ। ਜੋ ਅਸਲੀ ਕੰਮ ਹੈ, ਕਾਜ ਹੈ, ਪਰਮਾਤਮਾ ਦਾ ਨਾਮ, ਉਹਨੂੰ ਪਹਿਲ ਦੇ ਆਧਾਰ 'ਤੇ ਕਰਕੇ ਉਹ ਪਰਮਾਤਮਾ ਦੀ ਖੁਸ਼ੀ ਨੂੰ ਪ੍ਰਾਪਤ ਕਰੀਏ ਅਤੇ ਉਸ ਪਰਮਾਤਮਾ ਦੀ ਰਜ਼ਾ ਦੇ ਵਿੱਚ ਜੋ ਆਪਣੇ ਫਰਜ਼ ਨੇ ਉਹ ਵੀ ਨਿਭਾਈਏ। ਇਕੱਲਾ ਨਿਹਰਾ ਇਹ ਨਹੀਂ ਵੀ ਪਰਿਵਾਰ ਪਾਲਣ ਤੱਕ ਰਹਿ ਜਾਈਏ। ਸੋ ਭੁੱਲਾਂ ਚੁੱਕਾਂ ਮਾਫ਼ ਕਰਨੀ ਆ ਜੀ। ਵੀਡੀਓ ਵਧੀਆ ਲੱਗੇ ਲਾਈਕ ਸ਼ੇਅਰ ਕਮੈਂਟ ਕਰਨਾ, ਕਿਉਂਕਿ ਕੀ ਪਤਾ ਇਹ ਸੁਣਨ ਦੇ ਨਾਲ ਕਿਸੇ ਦੇ ਜੀਵਨ 'ਤੇ ਅਸਰ ਹੋ ਜਾਵੇ ਅਤੇ ਕੋਈ ਬਾਣੀ ਵੱਲ ਜੁੜ ਜਾਵੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।